ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਕਰਨ। ਅੱਜ ਆਪਾਂ ਇਟਾਲੀਆ ਦਾ ਜਿਹੜਾ ਕੋਈ ਸਪੋਰਟਸ ਵੀਜ਼ਾ ਹੁੰਦਾ ਹੈ, ਸਪੋਰਟਸ ਮਤਲਬ ਜਿੱਦਾਂ ਤੁਹਾਡਾ ਕੋਈ ਬੰਦਾ ਜਾਂ ਜਨਾਨੀ ਮਤਲਬ ਕਿ ਹਸਬੈਂਡ ਜਾਂ ਵਾਈਫ ਇਟਲੀ ਵਿੱਚ ਕੰਮ ਕਰ ਰਿਹਾ, ਤੁਹਾਨੂੰ ਸਪੋਰਟਸ ਵੀਜ਼ਾ ਦਾ ਰਾਹੀਂ ਇਟਲੀ 'ਚ ਬੁਲਾਉਣਾ ਚਾਹੁੰਦਾ ਹੈ, ਮਤਲਬ ਕਿ ਤੁਸੀਂ ਇੱਥੇ ਆ ਸਕਦੇ ਹੋ, ਤਾਂ ਉਹਦੇ ਲਈ ਤੁਹਾਨੂੰ ਇੰਡੀਆ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ, ਇਸ ਬਾਰੇ ਆਪਾਂ ਗੱਲ ਕਰਾਂਗੇ ਅੱਜ। ਸਭ ਤੋਂ ਪਹਿਲਾਂ ਐਪਲੀਕੇਸ਼ਨ ਫੋਰਮ, ਮਤਲਬ ਕਿ ਅੰਬੈਸੀ ਦਾ ਐਪਲੀਕੇਸ਼ਨ ਫੋਰਮ, ਪਾਸਪੋਰਟ ਜੋ ਵੈਲਿਡ ਹੋਣਾ ਚਾਹੀਦਾ, ਮਿਨੀਮਮ 6 ਮੰਥ ਹੋਣਾ ਚਾਹੀਦਾ। ਜੇ 6 ਮੰਥ ਤੋਂ ਘੱਟ ਆ, ਫਿਰ ਮਤਲਬ ਕਿ ਤੁਹਾਡਾ ਫਾਈਲ ਨਹੀਂ ਜਮ੍ਹਾਂ ਹੋਣੀ, ਜੇ ਫਾਈਲ ਜਮ੍ਹਾਂ ਵੀ ਹੋਗੀ ਤੁਹਾਡਾ ਵੀਜ਼ਾ ਨਹੀਂ ਲੱਗੇਗਾ। ਤੀਜਾ, ਤੁਹਾਡੇ ਕੋਲ ਪਾਸਪੋਰਟ ਸਾਈਜ਼ ਫੋਟੋ ਕਾਪੀ ਵਿੱਚ ਵਾਈਟ ਬੈਕਗਰਾਊਂਡ ਹੋਣਾ ਚਾਹੀਦਾ ਹੈ। ਨੂਲਾਸ ਦਾ ਹੋਣਾ ਚਾਹੀਦਾ, ਜੋ ਕਿ ਪਰਫੈਕਟੋਰਾ ਇਟਲੀ ਵਿੱਚ ਜੋ ਇਸ਼ੂ ਕਰਦੀ ਹੋ, ਤੁਹਾਨੂੰ ਇੰਡੀਆ ਵਿੱਚ ਸੈਂਡ ਕੀਤਾ ਹੋਣਾ, ਉਹਦੀ ਫੋਟੋ ਕਾਪੀ ਲੱਗੇਗੀ। ਅਤੇ ਓਰੀਜਨਲ ਟੈਸਟਡ ਕਾਪੀ ਪੇਜਿਸ ਆਰ, ਜਿਹੜੇ ਬੰਦੇ ਨੇ ਇਟਲੀ ਵਿੱਚ ਆ, ਜਿਹਨੇ ਤੁਹਾਨੂੰ ਸਪੋਰਟਸ ਵੀਜ਼ਾ ਸੈਂਡ ਕੀਤਾ ਹੈ, ਮਤਲਬ ਨੂਲਾਸ ਦਾ ਸੈਂਡ ਕੀਤਾ, ਉਹਦੀਆਂ ਸਾਰੀਆਂ ਪਾਸਪੋਰਟ ਦੀਆਂ ਫੋਟੋਆਂ ਫੋਟੋ ਕਾਪੀਆਂ ਚਾਹੀਦੀਆਂ, ਮਤਲਬ ਏ ਤੋਂ ਲੈ ਕੇ ਜੜ ਤੱਕ ਸਾਰੇ ਪੇਜਾਂ ਦੀਆਂ ਫੋਟੋ ਕਾਪੀਆਂ ਟੈਸਟਡ ਕਰਾ ਕੇ ਉਹ ਵੀ ਲੱਗਣੀਆਂ ਨਾਲ। ਛੇਵਾਂ ਆ, ਪਰਮੇਸ਼ੁਰ ਦੀ ਸੁਜੋਨ ਦੀ ਫੋਟੋ ਕਾਪੀ ਲੱਗੇਗੀ, ਉਹ ਵੀ ਟੈਸਟਡ ਕਰਾ ਕੇ ਤੁਹਾਨੂੰ ਲਗਾਉਣੀ ਪੈਣੀ। ਬਾਈ ਚਾਂਸ ਜੇ ਪਰਮੇਸ਼ੁਰ ਦੀ ਸੁਜੋਨ ਐਕਸਪਾਇਰ ਹੋ ਗਈ ਆ, ਪਰ ਜਦੋਂ ਆਪਾਂ ਰੀਨਿਊ ਕਰਾਈ ਦਿਓ, ਇੱਕ ਸਲਿੱਪ ਜਿਹੜੀ ਦਿੰਦੀ ਆ, ਉਹਦੀ ਫੋਟੋ ਕਾਪੀ ਵੀ ਚੱਲ ਜਾਏਗੀ, ਉਹ ਵੀ ਟੈਸਟਡ ਕਰਾ ਕੇ ਤੁਸੀਂ ਨਾਲ ਲਗਾਉਣੀ ਆ। ਸੱਤਵਾਂ, ਮੈਰਿਜ ਸਰਟੀਫਿਕੇਟ। ਮੈਰਿਜ ਸਰਟੀਫਿਕੇਟ ਵਿੱਚ ਤੁਹਾਡੀ ਫੋਟੋ ਹੋਣੀ ਚਾਹੀਦੀ ਹੈ, ਜਦੋਂ ਦੋਵਾਂ ਕਪਲ ਦੀ ਵਿਆਹ ਦੀਆਂ ਫੋਟੋ ਹੋਣੀ ਚਾਹੀਦੀ ਹੈ, ਤੁਹਾਡੇ ਉੱਪਰ ਲਿਖਿਆ ਹੋਣਾ ਚਾਹੀਦਾ ਕਦੋਂ ਵਿਆਹ ਆਇਆ ਅਤੇ ਉਸ ਟਾਈਮ ਤੁਹਾਡੀ ਦੋਵਾਂ ਦੀ ਏਜ ਕਿੰਨੀ ਸੀਗੀ। ਅਤੇ ਅੱਠਵਾਂ ਹੈ ਬਰਥ ਸਰਟੀਫਿਕੇਟ। ਬਰਥ ਸਰਟੀਫਿਕੇਟ ਜੇ ਤੁਹਾਡਾ ਇੰਗਲਿਸ਼ ਵਿੱਚ, ਤੁਹਾਨੂੰ ਟੈਸਟਡ ਕਰਾ ਕੇ ਲਗਾ ਸਕਦੇ ਹੋ, ਕਈਆਂ ਦਾ ਅੱਧਾ ਇੰਗਲਿਸ਼ ਵਿੱਚ ਹੁੰਦਾ, ਅੱਧਾ ਪੰਜਾਬੀ ਵਿੱਚ, ਜਾਂ ਅੱਧਾ ਹਿੰਦੀ ਵਿੱਚ ਹੁੰਦਾ ਆ, ਸੋ ਉਸਨੂੰ ਟੈਸਟਡ ਕਰਾ ਕੇ ਇੰਗਲਿਸ਼ ਵਿੱਚ ਤੁਸੀਂ ਲਗਾਉਣਾ ਹੁੰਦਾ ਆ। ਛੇਵਾਂ, ਦਿਕਰਾਸੀਓਨ, ਕਿ ਜਿਹੜਾ ਬੰਦਾ ਇਟਲੀ ਵਿੱਚ ਆ, ਉਹਨੂੰ ਕਮੂਨੇ ਵਿੱਚ ਜਾ ਕੇ ਇੱਕ ਦਿਕਰਾਸੀਓਨੇ ਬਣਾਉਣੀ ਪੈਂਦੀ ਹੈ, ਕਿ ਉਹ ਆਪਣੀ ਵਾਈਫ ਨੂੰ ਜਾਂ ਫਿਰ ਤੁਸੀਂ ਜਾਂ ਫਿਰ ਇੱਥੇ ਵਾਈਫ ਆ, ਉਹਨੇ ਹਸਬੈਂਡ ਨੂੰ ਲਿਖਣਾ ਹੈ ਕਿ ਡਿਕਰੈਸ਼ਨ ਲਿਖਣੀ, ਮੈਂ ਇੱਕ ਲੈਟਰ ਲਿਖਣਾ ਕਿ ਮੈਂ ਇਸ ਨੂੰ ਬੁਲਾ ਰਿਹਾ, ਸਾਡੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਲੜਾਈ ਨਹੀਂ ਹੋਗੀ, ਕੋਈ ਆਪਾਂ ਕਿਸੇ ਵੀ ਕੋਰਟ ਵਿੱਚ ਅਸੀਂ ਡਿਵੋਰਸ ਦਾ ਫਾਈਲ ਨਹੀਂ ਕੀਤਾ, ਕੋਈ ਪੈਂਡਿੰਗ ਨਹੀਂ ਹੈਗਾ, ਕੋਈ ਕੇਸ ਨਹੀਂ ਹੈਗਾ, ਮਤਲਬ ਕਿ ਆਪਾਂ ਪਿਆਰ ਨਾਲ ਰਹਿੰਦੇ ਪਏ, ਤਾਂ ਉਹਨੂੰ ਮੈਂ ਇੱਥੇ ਬੁਲਾਉਣਾ ਚਾਹੁੰਦਾ। ਅਤੇ ਦਸਵਾਂ ਹੈ, ਤੁਹਾਡੇ ਜੇ ਦੋਵਾਂ ਦੇ ਪਾਸਪੋਰਟ 'ਤੇ ਇੱਕ ਦੂਜੇ ਦਾ ਨਾਮ ਵੀ ਚੜਿਆ ਹੋਣਾ ਚਾਹੀਦਾ, ਮਤਲਬ ਕਿ ਹਸਬੈਂਡ ਦੇ ਪਾਸਪੋਰਟ 'ਤੇ ਵਾਈਫ ਦਾ ਚੜਿਆ ਹੁੰਦਾ, ਵਾਈਫ ਦੇ ਪਾਸਪੋਰਟ 'ਤੇ ਹਸਬੈਂਡ ਦਾ ਨਾਮ ਵੀ ਚੜਿਆ ਹੋਣਾ ਚਾਹੀਦਾ। ਔਰ ਜੇ ਨਹੀਂ ਚੜਿਆ, ਪਹਿਲਾਂ ਪਾਸਪੋਰਟ ਰੀਨਿਊ ਕਰਾ ਲਓ, ਚੜਾ ਲਓ, ਫਿਰ ਬਾਅਦ 'ਚ ਸਾਰੀ ਐਪਲੀਕੇਸ਼ਨ ਕਰਿਓ, ਸਾਰਾ ਪ੍ਰੋਸੈਸਰ ਹੈ ਜਿਹੜਾ ਬਾਅਦ 'ਚ ਕਰਿਓ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਿਓ। ਵੀਡੀਓ ਦੇ ਤੁਹਾਡੇ ਕੋਈ ਵੀ ਇਸ ਤਰ੍ਹਾਂ ਕਮੈਂਟ ਹੈ, ਜੇ ਤੁਸੀਂ ਸਮਝ ਨਹੀਂ ਲੱਗਿਆ ਕਿ ਤੁਸੀਂ ਥੱਲੇ ਕਮੈਂਟ ਕਰ ਸਕਦੇ ਹੋ, ਜਾਂ ਫਿਰ ਮੇਰੇ ਇੰਸਟਾਗ੍ਰਾਮ 'ਤੇ ਵੀ ਮੈਨੂੰ ਲਿਖ ਸਕਦੇ ਹੋ, ਇੰਸਟਾਗ੍ਰਾਮ ਦਾ ਲਿੰਕ ਆ ਡਿਸਕ੍ਰਿਪਸ਼ਨ 'ਚ, ਉਹਦੇ ਵਿੱਚ ਮੈਂ ਤੁਹਾਨੂੰ ਜੋ ਮੇਰੇ ਕੋਲ ਹੈਗਾ ਉਸ ਦੀ ਤੁਹਾਨੂੰ ਫੋਟੋ ਸੈਂਡ ਕਰ ਦਾਂਗਾ, ਤੁਸੀਂ ਆਪ ਪੜ੍ਹ ਕੇ ਤੁਹਾਨੂੰ ਵੀ ਸਮਝ ਲੱਗ ਜਾਏਗੀ। ਸੋ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ। तुम समझते क्यों नहीं कि अगर मैं तुम्हारे साथ 2 मिनट और रही तो क्या नाना, मुझे तुमसे प्यार हो जाएगा। तो करना, परेशान हो गए हम लोग 2.5 साल से, ये भी परेशान हो गए, हम भी परेशान हो गए, करो।